ਮੋਹਾਲੀ ਪੁਲਿਸ ਦੀ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਹਦੇ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ। 10 ਕਿਲੋ ਅਫੀਮ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਜਿਹੜੀ ਜਾਣਕਾਰੀ ਪੁਲਿਸ ਅਫਸਰਾਂ ਵੱਲੋਂ ਦਿੱਤੀ ਗਈ ਹੈ, ਇੰਦਰਜੀਤ ਸਿੰਘ ਤੇ ਲਵਪ੍ਰੀਤ ਸਿੰਘ ਇਹ ਦੋਵੇਂ ਤਰਨ ਤਾਰਨ ਦੇ ਰਹਿਣ ਵਾਲੇ ਹੈ ਤੇ 25 ਸਾਲਾਂ ਦੇ। ਹਾਲਾਂਕਿ ਇਹ ਯੂਪੀ ਝਾਰਖੰਡ ਤੋਂ ਲੈ ਕੇ ਆ ਰਹੇ ਸੀ ਅਫੀਮ, ਔਰ ਆ ਕੇ ਤਰਨ ਤਾਰਨ ਏਰੀਆ ਅੰਮ੍ਰਿਤਸਰ ਏਰੀਆ ਦੇ ਵਿੱਚ ਇਹਨਾਂ ਨੇ ਇਹ ਸਪਲਾਈ ਕਰਨੀ ਸੀ ਕਿ ਜਿਹੜੀ ਹੁਣ ਤੱਕ ਦੀ ਪੁੱਛ ਕੇ ਚਾਹੀਏ। 10 ਕਿਲੋ ਅਫੀਮ ਹਾਲਾਂਕਿ ਕਮਰਸ਼ੀਅਲ ਕੁਆਂਟਿਟੀ ਹੈ। ਇਹ ਦੱਪਰ ਟੋਲ ਪਲਾਜ਼ਾ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਹੁਣ ਰਿਮਾਂਡ ਲੈ ਕੇ ਲਗਾਤਾਰ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਕਿੱਥੋਂ ਲੈ ਕੇ ਆਉਂਦੇ ਸੀ, ਕਿੱਥੇ ਕਿੱਥੇ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਇਹਦੇ ਵਿੱਚ ਬੜੀ ਹੀ ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਕਿ ਬੱਸ ਦੇ ਰਾਹੀਂ, ਯਾਨੀ ਕਿ ਯੂਪੀ ਤੋਂ ਪਬਲਿਕ ਟਰਾਂਸਪੋਰਟ ਦੇ ਰਾਹੀਂ ਇਹ ਆਉਂਦੇ ਸੀਗੇ, ਔਰ ਉਸ ਤੋਂ ਬਾਅਦ ਇਹ ਸਿੱਧਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ ਆਪਣੀ ਗੱਡੀ ਇਹ ਯੂਜ਼ ਨਹੀਂ ਕਰਦੇ ਸੀ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਹੁਣ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਹੋ ਰਹੇ ਨੇ, ਕਈ ਇਨਵੈਸਟੀਗੇਸ਼ਨ 'ਚ ਖੁਲਾਸੇ ਹੋ ਰਹੇ ਨੇ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਹੁਣ ਇਹਨਾਂ ਤੋਂ ਪੁੱਛਗਿੱਛ ਕਰ ਰਹੀ। ਰਿਮਾਂਡ ਲੈ ਕੇ ਹੋਰ ਵੀ ਚੀਜ਼ਾਂ ਦਾ ਖੁਲਾਸਾ ਹੋਏਗਾ ਕਿ ਇਹ ਨੈਕਸਸ ਜਿਹੜਾ ਕਿਸ ਤਰ੍ਹਾਂ ਕੰਮ ਕਰ ਰਿਹਾ, ਹੋਰ ਕਿਹੜੇ ਕਿਹੜੇ ਇਹਦੇ ਵਿੱਚ ਲੋਕ ਜਿਹੜੇ ਨੇ ਸ਼ਾਮਿਲ ਨੇ, ਕਿਸ ਤਰ੍ਹਾਂ ਇਹ ਪੂਰਾ ਨੈਕਸਸ ਕੰਮ ਕਰ ਰਿਹਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ, ਕਿਉਂਕਿ ਬਹੁਤ ਹੀ ਸ਼ਾਤਿਰ ਤਰੀਕੇ ਦੇ ਨਾਲ ਇਹ ਜਿਹੜੀ ਵੀ ਅਫੀਮ ਹੈ ਜਾਂ ਫਿਰ ਨਸ਼ਾ ਹੈ ਉਹ ਲੈ ਕੇ ਆਉਂਦੇ ਸੀਗੇ, ਔਰ ਉਸ ਤੋਂ ਬਾਅਦ ਅੱਗੇ ਜਿਹੜੀ ਇਹ ਸਪਲਾਈ ਚੇਨ ਕਿਸ ਤਰ੍ਹਾਂ ਚੱਲ ਰਹੀ ਸੀ। ਇਹ ਬਹੁਤ ਵੱਡੀ ਕਹਿ ਸਕਦੇ ਹਾਂ ਕਾਮਯਾਬੀ ਜਿਹੜੀ ਪੁਲਿਸ ਨੂੰ ਮਿਲੀ ਹੈ, ਸੀਆਈਏ ਮੋਹਾਲੀ ਸੀਆਈਏ ਨੂੰ ਮਿਲੀ ਹੈ, ਤੇ ਇਹਦੇ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਕਿੰਨੇ ਦਿਨਾਂ ਤੋਂ ਇਹ ਸਾਰੀ ਚੀਜ਼ਾਂ ਚੱਲ ਰਹੀ ਸੀ, ਹੋਰ ਇਸ ਨੈਕਸਸ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਨ ਜੁੜ ਗਈ ਹੈ। ਮੋਹਾਲੀ ਪੁਲਿਸ ਦੀ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਹਦੇ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ। 10 ਕਿਲੋ ਅਫੀਮ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਜਿਹੜੀ ਜਾਣਕਾਰੀ ਪੁਲਿਸ ਅਫਸਰਾਂ ਵੱਲੋਂ ਦਿੱਤੀ ਗਈ ਹੈ, ਇੰਦਰਜੀਤ ਸਿੰਘ ਤੇ ਲਵਪ੍ਰੀਤ ਸਿੰਘ ਇਹ ਦੋਵੇਂ ਤਰਨ ਤਾਰਨ ਦੇ ਰਹਿਣ ਵਾਲੇ ਹੈ ਤੇ 25 ਸਾਲਾਂ ਦੇ। ਹਾਲਾਂਕਿ ਇਹ ਯੂਪੀ ਝਾਰਖੰਡ ਤੋਂ ਲੈ ਕੇ ਆ ਰਹੇ ਸੀ ਅਫੀਮ, ਔਰ ਆ ਕੇ ਤਰਨ ਤਾਰਨ ਏਰੀਆ ਅੰਮ੍ਰਿਤਸਰ ਏਰੀਆ ਦੇ ਵਿੱਚ ਇਹਨਾਂ ਨੇ ਇਹ ਸਪਲਾਈ ਕਰਨੀ ਸੀ ਕਿ ਜਿਹੜੀ ਹੁਣ ਤੱਕ ਦੀ ਪੁੱਛ ਕੇ ਚਾਹੀਏ। 10 ਕਿਲੋ ਅਫੀਮ ਹਾਲਾਂਕਿ ਕਮਰਸ਼ੀਅਲ ਕੁਆਂਟਿਟੀ ਹੈ। ਇਹ ਦੱਪਰ ਟੋਲ ਪਲਾਜ਼ਾ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਹੁਣ ਰਿਮਾਂਡ ਲੈ ਕੇ ਲਗਾਤਾਰ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਕਿੱਥੋਂ ਲੈ ਕੇ ਆਉਂਦੇ ਸੀ, ਕਿੱਥੇ ਕਿੱਥੇ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਇਹਦੇ ਵਿੱਚ ਬੜੀ ਹੀ ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਕਿ ਬੱਸ ਦੇ ਰਾਹੀਂ, ਯਾਨੀ ਕਿ ਯੂਪੀ ਤੋਂ ਪਬਲਿਕ ਟਰਾਂਸਪੋਰਟ ਦੇ ਰਾਹੀਂ ਇਹ ਆਉਂਦੇ ਸੀਗੇ, ਔਰ ਉਸ ਤੋਂ ਬਾਅਦ ਇਹ ਸਿੱਧਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ ਆਪਣੀ ਗੱਡੀ ਇਹ ਯੂਜ਼ ਨਹੀਂ ਕਰਦੇ ਸੀ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਹੁਣ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਹੋ ਰਹੇ ਨੇ, ਕਈ ਇਨਵੈਸਟੀਗੇਸ਼ਨ 'ਚ ਖੁਲਾਸੇ ਹੋ ਰਹੇ ਨੇ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਹੁਣ ਇਹਨਾਂ ਤੋਂ ਪੁੱਛਗਿੱਛ ਕਰ ਰਹੀ। ਰਿਮਾਂਡ ਲੈ ਕੇ ਹੋਰ ਵੀ ਚੀਜ਼ਾਂ ਦਾ ਖੁਲਾਸਾ ਹੋਏਗਾ ਕਿ ਇਹ ਨੈਕਸਸ ਜਿਹੜਾ ਕਿਸ ਤਰ੍ਹਾਂ ਕੰਮ ਕਰ ਰਿਹਾ, ਹੋਰ ਕਿਹੜੇ ਕਿਹੜੇ ਇਹਦੇ ਵਿੱਚ ਲੋਕ ਜਿਹੜੇ ਨੇ ਸ਼ਾਮਿਲ ਨੇ, ਕਿਸ ਤਰ੍ਹਾਂ ਇਹ ਪੂਰਾ ਨੈਕਸਸ ਕੰਮ ਕਰ ਰਿਹਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ, ਕਿਉਂਕਿ ਬਹੁਤ ਹੀ ਸ਼ਾਤਿਰ ਤਰੀਕੇ ਦੇ ਨਾਲ ਇਹ ਜਿਹੜੀ ਵੀ ਅਫੀਮ ਹੈ ਜਾਂ ਫਿਰ ਨਸ਼ਾ ਹੈ ਉਹ ਲੈ ਕੇ ਆਉਂਦੇ ਸੀਗੇ, ਔਰ ਉਸ ਤੋਂ ਬਾਅਦ ਅੱਗੇ ਜਿਹੜੀ ਇਹ ਸਪਲਾਈ ਚੇਨ ਕਿਸ ਤਰ੍ਹਾਂ ਚੱਲ ਰਹੀ ਸੀ। ਇਹ ਬਹੁਤ ਵੱਡੀ ਕਹਿ ਸਕਦੇ ਹਾਂ ਕਾਮਯਾਬੀ ਜਿਹੜੀ ਪੁਲਿਸ ਨੂੰ ਮਿਲੀ ਹੈ, ਸੀਆਈਏ ਮੋਹਾਲੀ ਸੀਆਈਏ ਨੂੰ ਮਿਲੀ ਹੈ, ਤੇ ਇਹਦੇ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਕਿੰਨੇ ਦਿਨਾਂ ਤੋਂ ਇਹ ਸਾਰੀ ਚੀਜ਼ਾਂ ਚੱਲ ਰਹੀ ਸੀ, ਹੋਰ ਇਸ ਨੈਕਸਸ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਨ ਜੁੜ ਗਈ ਹੈ।